ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਮਹਿੰਦਰ ਮੁਸਕਾਨ, ਅਤੇ ਸਭ ਨੂੰ ਸਤਿ ਸ਼੍ਰੀ ਅਕਾਲ। ਮੈਂ ਠੀਕ ਠਾਕ ਹਾਂ। ਮੈਂ ਆਸ ਕਰਦਾ ਕਿ ਤੁਸੀਂ ਵੀ ਸਭ ਠੀਕ ਹੀ ਹੋਵੋਗੇ। ਅੱਜ ਵੀ ਮੌਸਮ ਬਹੁਤ ਠੰਡਾ ਆ। ਅੱਜ ਗੱਡੀਆਂ ਦਾ ਤੇਲ ਚੇਂਜ ਕਰਨਾ। HRV ਹੋਂਡਾ, ਇਹ ਜਪਾਨੀ ਗੱਡੀਆਂ ਜੀ, ਬਹੁਤ ਸੋਹਣੀਆਂ ਗੱਡੀਆਂ ਇਹ ਚੱਲਦੀਆਂ। ਪਹਿਲਾਂ ਮੇਰੇ ਕੋਲ ਇੱਕ ਹੋਂਡਾ ਸਿਵਕ ਸੀਗੀ, ਉਹ 26 ਸਾਲ ਨਿਕਲੀ ਉਹਦੇ ਨਾਲ, 1995 'ਚ ਲਈ ਸੀ। ਇਹ ਤੇਲ ਚੇਂਜ ਜ਼ਰੂਰੀ ਕਰਨਾ ਪੈਂਦਾ ਜੀ, ਸਰਵਿਸ 3 ਮਹੀਨੇ ਬਾਅਦ ਜਾਂ 3000 ਮੀਲ। ਇਹ ਤੇਲ ਇੰਜਣ ਤਾਂ ਵੱਜਦਾ ਜੇ ਇੰਡੀਆ 'ਚ, ਤਾਂ ਕਈ ਵਾਰੀ 6-6 ਮਹੀਨੇ ਸਾਲ ਨਾਲ ਕਰਦੇ, ਜਦ ਤੱਕ ਕਾਲਾ ਤੇਲ ਲੈਣ ਗਾੜਾ ਨਹੀਂ ਹੁੰਦਾ। ਸ਼ਹਿਰ ਪੈਸਿਆਂ ਦੀ ਵੀ ਸ਼ੋਰਟੇਜ ਹੁੰਦੀ ਸੀ ਉੱਥੇ ਉਸ ਵੇਲੇ, ਇੱਥੇ 3 ਮਹੀਨੇ ਤੇਲ ਚੇਂਜ ਕਰਨਾ ਪੈਂਦਾ। ਗੱਡੀ ਚਲਾਉਂਦੇ ਇੱਥੇ ਕੈਲੀਫੋਰਨੀਆ ਦੇ ਕਾਨੂੰਨ ਦੇ ਮੁਤਾਬਕ ਤੁਸੀਂ ਚਲਾ ਨਹੀਂ ਸਕਦੇ। ਮੈਂ ਕਿਹਾ ਪਹਿਲਾਂ ਬਣਾ ਲਵਾਂ ਥੋੜ੍ਹੀ ਆ, ਬਲੌਗ ਡਰਾਈਵ ਕਰਦੇ ਤੁਸੀਂ ਫੋਨ ਨਹੀਂ ਕਰ ਸਕਦੇ। ਇੱਥੋਂ ਇਹਦੇ ਫਿਲਟਰ ਵਗੈਰਾ ਤੇਲ ਲੈਣਾ ਜੀ। ਇਹ ਆਟੋ ਜੋਨ ਕਹਿੰਦੇ ਇਹਨੂੰ, ਸਪੇਅਰ ਪਾਰਟ ਦਾ ਬਹੁਤ ਵੱਡਾ ਸਟੋਰ ਹੁੰਦਾ ਹੈ, ਇੱਥੇ ਜੋ ਮਰਜ਼ੀ ਲੈ ਜਾਓ। ਆਟੋ ਜੋਨ ਸਪੇਅਰ ਪਾਰਟ ਸਟੋਰ, ਆਈ ਬਾਏ ਆਲਰੇਡੀ ਓਇਲ ਫੋਰ ਮਾਈ ਕਾਰ। ਆ ਇੱਦਾਂ ਉੱਪਰ ਨੂੰ ਚੱਕ ਦਿੰਦੇ ਜੀ ਗੱਡੀ ਨੂੰ ਤੇਲ ਚੇਂਜ ਕਰਨ ਵਾਸਤੇ, ਆ ਲਿਫਟ ਨਾਲ ਉੱਪਰ ਚੱਕ ਦਿੰਦੇ ਆ। ਇੱਥੋਂ ਮੈਂ ਥੋੜ੍ਹਾ ਫੂਡ ਲੈਣਾ, ਮੇਰੀ ਛੋਟੀ ਬੇਟੀ ਕਹਿੰਦੀ ਸੀ ਡੈਡੀ ਲੈ ਕੇ ਆਈ। ਇਹਦਾ ਨਾਮ ਹੈਗਾ ਪਾਂਡਾ, ਇਹਦੇ ਵਿੱਚ ਸ਼ਾਕਾਹਾਰੀ ਮਾਸਾਹਾਰੀ ਜਿਹੜਾ ਮਰਜ਼ੀ ਲੈ ਲਓ, ਸਾਰੇ ਤਰ੍ਹਾਂ ਦਾ ਫੂਡ ਮਿਲ ਜਾਂਦਾ।